ਫਤਿਹਗੜ੍ਹ ਸਾਹਿਬ ਪੁਲਿਸ ਨੇ ਵਿਦੇਸ਼ੀ ਨੰਬਰ ਤੋਂ ਫੋਨ ਕਰਕੇ ਫਿਰੌਤੀ ਮੰਗਣ ਵਾਲੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ ਤੇ ਇਸ ਸੰਬੰਧੀ ਐਸਪੀ ਦੇ ਰਾਕੇਸ਼ ਯਾਦਵ ਨੇ ਦੱਸਿਆ ਹੈ ਕਿ ਉਹਨਾਂ ਨੂੰ ਅੰਕੁਰ ਮਕੜਨ ਵਾਲੀ ਜੋੜੀ ਬਡਾਲੀ ਵਾਲਾ ਸਿੰਘ ਨੇ ਸ਼ਿਕਾਇਤ ਦਿੱਤੀ ਕਿ ਉਸ ਨੂੰ ਵਿਦੇਸ਼ੀ ਨੰਬਰਾਂ ਤੋਂ ਫਿਰੌਤੀ ਦੇਣ ਦੇ ਲਈ ਫੋਨ ਕਾਲ ਆ ਰਿਹਾ ਸੀ ਤੇ ਉੱਥੇ ਡਰਾਉਣ ਦੇ ਲਈ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਜੋੜਾ ਹੈ ਉਸਦੇ ਘਰ ਦੇ ਵਿੱਚ ਬਡਾਲੀ ਵਾਲਾ ਸਿੰਘ ਵਿਖੇ ਰਾਤ ਸਮੇਂ ਹਮਲਾ ਵੀ ਕੀਤਾ ਗਿਆ ਜਿਸ ਤੋਂ ਬਾਅਦ ਨੇ ਉਸਨੇ ਮਾਮਲਾ ਦਰਜ ਕਰਕੇ ਜਾਂਚ ਜਿਹੜੀ ਹੈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਤਫਤੀਸ਼ ਦੇ ਦੌਰਾਨ ਤਕਨੀਕੀ ਤਰੀਕਿਆਂ ਨੂੰ ਵਰਤ ਕੇ ਇਲਾਕੇ ਦੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵਾਰਦਾਤ ਸਮੇਂ ਕੀਤੀਆਂ ਗਈਆਂ ਕਾਲਾਂ ਤੋਂ ਜਿਹੜਾ ਹੈ ਦੋਸ਼ੀ ਪ੍ਰਿੰਸ ਕੁਮਾਰ ਅਤੇ ਸਤਿੰਦਰ ਸਿੰਘ ਨੂੰ ਟਰੇਸ ਕਰਕੇ ਗ੍ਰਿਫਤਾਰ ਕੀਤਾ ਗਿਆ। ਦੋਸ਼ੀਆਂ ਦੇ ਵੱਲੋਂ ਵਰਤੀ ਗਈ ਕਾਰ, ਮੋਬਾਈਲ ਫੋਨ ਅਤੇ ਪਹਿਨੇ ਹੋਏ ਕੱਪੜਿਆਂ ਨੂੰ ਕਬਜ਼ੇ ਦੇ ਵਿੱਚ ਪੁਲਿਸ ਦੇ ਵੱਲੋਂ ਲੈ ਲਿਆ ਗਿਆ ਹੈ ਤੇ ਦੋਸ਼ੀਆਂ ਦਾ 3 ਦਿਨਾਂ ਪੁਲਿਸ ਰਿਮਾਂਡ ਵੀ ਹਾਸਲ ਕਰ ਲਿਆ ਗਿਆ ਹੈ। ਜ਼ਿਲ੍ਹੇ ਦੇ ਵਿੱਚ ਲੋਅ ਐਂਡ ਆਰਡਰ ਦੀ ਸਿਚੁਏਸ਼ਨ ਨੂੰ ਕਾਇਮ ਰੱਖਣ ਵਾਸਤੇ ਜ਼ਿਲ੍ਹੇ ਦੇ ਉੱਤੇ ਵੱਖੋ ਕਾਰਵਾਈਆਂ ਨੂੰ ਅੰਜਾਮ ਦਿੱਤਾ ਜਾਂਦਾ ਹੈ। ਜਦੋਂ ਵੀ ਕੋਈ ਕੰਪਲੇਂਟ ਜਾਂ ਕੋਈ ਸ਼ਿਕਾਇਤ ਸਾਡੇ ਨੋਟਿਸ 'ਚ ਆਉਂਦੀ ਹੈ ਉਸ ਦੇ ਉੱਤੇ ਕਾਰਵਾਈ ਕੀਤੀ ਜਾਂਦੀ ਹੈ। ਇੱਥੇ ਇੱਕ ਸ਼ਿਕਾਇਤ ਸਾਨੂੰ ਮਿਲੀ ਸੀ, ਉਹਦੇ 'ਚ SSP ਸਾਹਿਬ ਨੇ ਇੱਕ ਟੀਮ ਦਾ ਗਠਨ ਕੀਤਾ ਜਿਹਦੇ 'ਚ DSP ਬਸੀ ਪਠਾਨਾ ਮੋਹਨ ਸਿੰਘਾ ਸਾਹਿਬ ਔਰ SHO ਬੜਾਲੀ ਵਾਲਾ ਸੀ ਅਤੇ ਇਹਨਾਂ ਦੀ ਪੂਰੀ ਟੀਮ ਨੂੰ ਜ਼ਿੰਮੇਵਾਰੀ ਦਿੱਤੀ ਸੀ। ਇਹ ਜਿਹੜਾ ਮੈਟਰ ਸੀਗਾ ਇਹ ਸੀਗਾ ਧਮਕੀ ਦੇਣ ਦਾ, ਫੋਨ ਕਾਲ ਤੇ ਐਕਸਟੋਰਸ਼ਨ ਦੀ ਧਮਕੀ ਦੀ ਕੰਪਲੇਂਟ ਮਿਲੀ ਸੀ। ਬੜਾਲੀ ਵਾਲਾ ਸਿੰਘ ਦਾ ਰਹਿਣ ਵਾਲੇ ਜਿਹੜਾ ਇੱਕ ਵਪਾਰੀ ਸੀਗਾ ਉਸਨੂੰ ਫੋਨ ਤੇ ਰਾਹੀਂ ਧਮਕੀ ਮਿਲੀ ਸੀ। ਧਮਕੀ ਮਿਲਣ ਦੇ ਬਾਅਦ ਉਹਨਾਂ ਨੇ ਉਸਨੂੰ ਅੰਜਾਮ ਦੇਣ ਵਾਸਤੇ ਜਾਂ ਉਸਨੂੰ ਡਰਾਉਣ ਵਾਸਤੇ ਔਰ ਉਹਦੇ ਮਨ 'ਚ ਬਹਿ ਪੈਦਾ ਕਰਨ ਵਾਸਤੇ ਉਹਨਾਂ ਨੇ ਰਾਤੀ ਉਹਨਾਂ ਦੇ ਘਰੇ ਇੰਟਾ ਰੋੜਾ ਦਾ ਵੀ ਹਮਲਾ ਕੀਤਾ ਸੀ। ਜਦੋਂ ਇਹ ਸ਼ਿਕਾਇਤ ਮਿਲੀ ਟੀਮ ਦਾ ਗਠਨ ਹੋਇਆ, ਇਹਨਾਂ ਦੇ ਨਾਲ ਟੈਕਨੀਕਲ ਸਪੋਰਟ ਦਿੱਤਾ ਗਿਆ ਔਰ SSP ਸਾਹਿਬ ਦੇ ਦਿਸ਼ਾ ਨਿਰਦੇਸ਼ ਇਹੀ ਸੀਗੇ ਕਿ ਇਸ ਮੁਕਦਮੇ ਨੂੰ ਜਿੰਨਾ ਛੇਤੀ ਤੋਂ ਛੇਤੀ ਹੋ ਸਕਦਾ ਇਸ ਲਈ ਤਾਂ ਕਿ ਬੰਦੇ ਕਿਸੇ ਹੋਰ ਨੂੰ ਜਾਂ ਕੋਈ ਹੋਰ ਇਲਜ਼ਾਮ ਨਾ ਦੇ ਸਕੇ ਇਸ ਦੇ ਉੱਤੇ ਕਾਰਵਾਈ ਕਰੇ। SHO ਸਾਹਿਬ ਨੇ ਬੜੀ ਦਲੇਰੀ ਨਾਲ ਔਰ ਜਿਹੜੇ ਇਹਨਾਂ ਦੇ ਸੋਰਸਿਸ ਸੀਗੇ, ਜਿਹੜੇ ਹੋਰ ਇਨਪੁਟ ਇਹਨਾਂ ਦੇ ਕੋਲ ਸੀਗੇ, ਡਿਜੀਟਲ ਐਵੀਡੈਂਸ ਸੀਗੇ ਔਰ ਟੈਕਨੀਕਲ ਐਨਾਲਿਸਿਸ ਸੀਗਾ, ਉਹ ਸਾਰੇ ਨੂੰ ਦੇਖਦੇ ਹੋਏ ਇਹਨਾਂ ਦੀ ਟੀਮ ਨੇ ਬੜੇ ਕਮ ਟਾਈਮ ਦੇ ਵਿੱਚ ਐਕਸ਼ਨ ਲੈਂਦੇ ਹੋਏ ਜਿਹੜੇ ਦੋਨੋਂ ਐਕਿਊਜ਼ ਸੀਗੇ ਇਹਨਾਂ ਦੀ ਅਰੈਸਟ ਕੀਤੀ ਹੈ। ਇਹ ਜਿਹੜੇ ਐਕਿਊਜ਼ ਹੈ ਇਹਦੇ ਵਿੱਚ ਇੱਕ ਹੈਗਾ ਪ੍ਰਿੰਸ, ਜਿਹੜਾ ਪ੍ਰਿੰਸ ਨਾਮ ਦਾ ਬੰਦਾ ਹੈਗਾ, ਉਹ 2-3 ਸਾਲ ਪਹਿਲੇ ਇੱਥੇ ਹੀ ਬੜਾਲੀ ਵਾਲਾ ਸਿੰਘ ਰਹਿੰਦਾ ਸੀ, ਕਿਰਾਏ ਦੇ ਮਕਾਨ 'ਚ ਰਹਿੰਦਾ ਸੀ। ਸੋ ਇਸਨੂੰ ਉਸਦੀ ਜਾਣਕਾਰੀ ਸੀਗੀ ਔਰ ਇਹਨੇ ਫਿਰ ਆਪਣੇ ਨਾਲ ਇੱਕ ਸਤਿੰਦਰ ਸੀਗਾ ਜਿਹੜਾ ਕਿ ਮੁਕਤਸਰ ਦਾ ਰਹਿਣ ਵਾਲਾ, ਉਹਨੂੰ ਆਪਣੇ ਨਾਲ ਰਲਾ ਕਰਕੇ ਫਿਰ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਹੈ। ਸਾਡੀ ਜਿਹੜੀ ਟੀਮ ਹੈ ਜਿਹੜੇ DSP ਸਾਹਿਬ ਦੇ ਸੁਪਰਵਿਜ਼ਨ ਹੇਠ ਇਹ ਸਾਰਾ ਕੰਮ ਹੋਇਆ ਹੈ। ਉਹ SHO ਸਾਹਿਬ ਨੇ ਗੱਡੀ ਜਿਹੜੀ ਰਿਕਵਰ ਇਸਦੇ ਵਿੱਚ ਯੂਜ਼ ਕੀਤੀ ਗਈ ਸੀ I-10, ਉਹ ਗੱਡੀ ਵੀ ਰਿਕਵਰ ਕਰ ਲਈ, ਇਹ ਦੋਨੋਂ ਬੰਦੇ ਵੀ ਫੜ ਲਈ ਹੈ। ਇਹਦੇ ਬਾਅਦ ਇਸ ਜਿਹੜੀ ਇਨਵੈਸਟੀਗੇਸ਼ਨ ਹੈ ਬਾਕੀ ਉਹ ਜਾਰੀ ਹੈ।